ਗੋਡੇ ਨੂੰ ਬਦਲਵਾਉਣ ਦੀ ਸਰਜਰੀ ਗੋਡੇ ਨੂੰ ਬਦਲਵਾਉਣ ਦੀ ਸਰਜਰੀ ਦਾ ਸਭ ਤੋਂ ਆਮ ਕਾਰਨ ਹੈ ਜੋੜ ਵਿੱਚ ਨੁਕਸ ਪੈਣਾ ਜਿਸ ਨੂੰ ਆਮ ਤੌਰ ਤੇ ਆਸਟਿਓ ਆਰਥਰਾਇਟਿਸ ਵੀ ਕਿਹਾ ਜਾਂਦਾ ਹੈ ਇਹ ਪੂਰੇ ਜੋੜ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਿਵੇਂ ਕਿ ਪੱਟ ਦੀ ਹੱਡੀ ਦਾ ਹੇਠਲਾ ਸਿਰਾ ਅਤੇ ਟਿਬੀਆ ਜਾਂ ਲੱਤ ਦੀ ਮੋਢਲੀ ਹੱਡੀ ਭਾਵ ਸ਼ਿਨ ਬੋਨ ਦਾ ਉੱਪਰਲਾ ਹਿੱਸਾ ਅਤੇ ਚਪਣੀ ਦਾ ਪਿਛਲਾ ਹਿੱਸਾ ਹੋ ਸਕਦਾ ਹੈ ਕਿ ਆਸਟ੍ਰੋ ਆਰਥਰਾਈਟਿਸ ਤੁਹਾਡੇ ਜੋੜ ਦੇ ਕੁਝ ਹਿੱਸਿਆਂ ਨੂੰ ਹੀ ਪ੍ਰਭਾਵਿਤ ਕਰੇ ਜਿਵੇਂ ਕਿ ਜੋੜ ਦਾ ਅੰਦਰਲਾ ਹਿੱਸਾ ਜਿਸ ਲਈ ਪੂਰੇ ਜੋੜ ਨੂੰ ਬਦਲਣ ਵਾਲੀ ਸੰਪੂਰਨ ਗੋਡੇ ਦੀ ਸਰਜਰੀ ਦੀ ਬਜਾਏ ਜੋੜ ਨੂੰ ਅੰਸ਼ਕ ਤੌਰ ਤੇ ਹੀ ਬਦਲਿਆ ਜਾਵੇਗਾ ਜਾਂ ਫਿਰ ਇਸ ਨਾਲ ਪੱਟ ਦੀ ਹੱਡੀ ਦਾ ਉੱਪਰਲਾ ਸਿਰਾ ਵੀ ਪ੍ਰਭਾਵਿਤ ਹੋ ਸਕਦਾ ਹੈ ਜਿੱਥੇ ਚੱਪਣੀ ਹਰਕਤ ਕਰਦੀ ਹੈ ਇਸ ਨੂੰ ਪੈਟਲਰ ਫਿਮੋਰਲ ਜੋੜ ਕਿਹਾ ਜਾਂਦਾ ਹੈ ਅਤੇ ਇਸ ਲਈ ਪੈਟਲਰ ਫਿਮੋਰਲ ਰਿਪਲੇਸਮੈਂਟ ਦੀ ਲੋੜ ਪੈਂਦੀ ਹੈ ਗੋਡੇ ਨੂੰ ਬਦਲਣ ਵਾਸਤੇ ਗੋਡੇ ਦੇ ਜੋੜ ਤੱਕ ਪਹੁੰਚ ਕਰਨ ਲਈ ਉਹ ਸਟੈਂਡਨ ਨੂੰ ਚੀਰਾ ਦਿੱਤਾ ਜਾਂਦਾ ਹੈ ਜਿਹੜਾ ਚੱਪਣੀ ਨੂੰ ਕੁਆਡ੍ਰੀਸੈਪ ਪੱਟਿਆਂ ਨਾਲ ਜੋੜਦਾ ਹੈ ਫਿਰ ਨੀ ਕੈਪ ਨੂੰ ਇੱਕ ਪਾਸੇ ਵੱਲ ਮੋੜ ਲਿਆ ਜਾਂਦਾ ਹੈ ਤਾਂ ਜੋ ਸਰਜਨ ਫੀਮਰ ਭਾਵ ਪੱਟ ਦੀ ਹੱਡੀ ਦੇ ਹੇਠਲੇ ਭਾਗ ਉੱਪਰ ਫੀਮਰ ਲਈ ਬਣਿਆ ਹਿੱਸਾ ਅਤੇ ਗੋਡੇ ਤੋਂ ਹੇਠ ਲੱਤ ਦੀ ਲਮੇਰੀ ਹੱਡੀ ਭਾਵ ਟਿਬੀਆ ਦੇ ਉੱਪਰਲੇ ਭਾਗ ਤੇ ਟਿਬੀਆ ਲਈ ਬਣਿਆ ਹਿੱਸਾ ਅਤੇ ਚੱਪਣੀ ਹੇਠ ਚੱਪਣੀ ਲਈ ਬਣਿਆ ਹਿੱਸਾ ਲਗਾ ਸਕੇ ਗੋਡੇ ਨੂੰ ਅੰਸ਼ਕ ਤੌਰ ਤੇ ਬਦਲਣ ਦੀ ਸਰਜਰੀ ਵੀ ਇਸੇ ਤਰ੍ਹਾਂ ਕੀਤੀ ਜਾਂਦੀ ਹੈ ਫਰਕ ਸਿਰਫ ਇਹ ਹੈ ਕਿ ਇਸ ਲਈ ਛੋਟਾ ਚੀਰਾ ਦਿੱਤਾ ਜਾਂਦਾ ਹੈ ਅਤੇ ਚਪਣੀ ਨੂੰ ਥੋੜਾ ਜਿਹਾ ਪਰੇ ਕਰ ਦਿੱਤਾ ਜਾਂਦਾ ਹੈ ਤਾਂ ਜੋ ਸਰਜਨ ਗੋਡੇ ਨੂੰ ਅੰਸ਼ਕ ਤੌਰ ਤੇ ਬਦਲਣ ਵਾਲੇ ਹਿੱਸਿਆਂ ਨੂੰ ਪਾ ਸਕੇ ਜਿਵੇਂ ਤੁਸੀਂ ਇੱਥੇ ਵੇਖ ਸਕਦੇ ਹੋ ਤੁਸੀਂ ਬਿਹਤਰ ਢੰਗ ਨਾਲ ਦਿਖਾਉਣ ਲਈ ਆਹ ਵੇਖੋ ਜੋੜ ਦਾ ਇੱਕ ਪਾਸਾ ਬਿਲਕੁਲ ਠੀਕ ਹੈ ਅਤੇ ਇਸ ਉੱਪਰ ਆਪਰੇਸ਼ਨ ਨਹੀਂ ਕੀਤਾ ਗਿਆ ਅਤੇ ਦੂਜੇ ਪਾਸੇ ਤੇ ਆਪਰੇਸ਼ਨ ਕੀਤਾ ਗਿਆ ਹੈ with a patella replacement. Pat with janwari, femoral replacement. ਪੱਟ ਦੀ ਹੱਡੀ ਪਾ ਫੀਮਰ ਦੇ ਉੱਪਰਲੇ ਹਿੱਸੇ ਵਿੱਚ ਨੁਕਸਪੰند ਤੇ ਕੀਤੀ ਜਾਣ ਵਾਲੀ ਪਟੈਲਰ ਫੀਮੋਰਲ ਰਿਪਲੇਸਮੈਂਟ ਵਿੱਚ ਸਰਜਨ ਫੀਮਰ ਦੇ ਉੱਪਰਲੇ ਭਾਗ ਤੋਂ ਥੋੜੀ ਜਹੀ ਹੱਡੀ ਨੂੰ ਹਟਾ ਦਿੰਦਾ ਹੈ ਅਤੇ ਫਿਰ ਉਸ ਹਿੱਸੇ ਨਾਲ ਹਰਕਤ ਕਰਨ ਲਈ ਚਪਣੀ ਹੀਟ ਅਜਿਹਾ ਪਟੈਲਰ ਬਟਨ ਪਾ ਦਿੰਦਾ ਹੈ। वसा कंपोनेंट टू कंप्लीट द ऑपरेशन। ਗੋਡੇ ਨੂੰ ਬਦਲਣ ਦੀ ਸਰਜਰੀ ਤੋਂ ਬਾਅਦ ਤੁਹਾਨੂੰ ਹਸਪਤਾਲ ਵਿੱਚ 2 ਤੋਂ 3 ਦਿਨ ਜਾਂ ਕਈ ਵਾਰ ਥੋੜੇ ਲੰਮੇ ਸਮੇਂ ਲਈ ਰਹਿਣਾ ਪੈ ਸਕਦਾ ਹੈ। ਹਸਪਤਾਲ ਵਿੱਚ ਰਹਿੰਦੇ ਹੋਏ ਹੀ ਤੁਹਾਡੀ ਫਿਜ਼ੀਓਥੈਰੇਪੀ ਸ਼ੁਰੂ ਹੋ ਜਾਵੇਗੀ ਤੁਸੀਂ ਉੱਠ ਕੇ ਤੁਰੋਗੇ ਸਰਜਰੀ ਤੋਂ ਬਾਅਦ ਲਗਭਗ 2 ਹਫ਼ਤਿਆਂ ਤੱਕ ਤੁਹਾਨੂੰ ਸਰਜਰੀ ਕਾਰਨ ਹੋਣ ਵਾਲੀ ਪੀੜ ਹੋ ਸਕਦੀ ਹੈ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਆਪਣੀ ਲੱਤ ਦੀ ਪੂਰੀ ਹਰਕਤ ਜਾਂ ਹਰਕਤ ਦਾ ਦਾਇਰਾ ਹਾਸਲ ਕਰਨ ਲਈ ਤੁਸੀਂ ਆਪਣੀਆਂ ਕਸਰਤਾਂ ਕਰਦੇ ਰਹੋ ਜੇ ਤੁਸੀਂ ਛੇਤੀ ਹੀ ਹਰਕਤ ਦਾ ਪਹਿਲਾ ਜਿੰਨਾ ਦਾਇਰਾ ਹਾਸਲ ਨਾ ਕਰ ਸਕੇ ਤਾਂ ਬਾਅਦ ਵਿੱਚ ਬਹੁਤ ਔਖਾ ਹੋਵੇਗਾ ਇੱਕ ਵਾਰ ਜੋੜ ਦੀ ਹਰਕਤ ਦਾ ਦਾਇਰਾ ਹਾਸਲ ਕਰਨ ਤੇ ਤੁਸੀਂ ਆਪਣੇ ਜੋੜ ਨੂੰ ਤਕੜਾ ਬਣਾਉਣ ਵੱਲ ਧਿਆਨ ਦੇ ਸਕਦੇ ਹੋ ਜ਼ਿਆਦਾਤਰ 6 ਤੋਂ 8 ਹਫ਼ਤਿਆਂ ਤੱਕ ਤੁਹਾਡੀ ਹਾਲਤ ਵਿੱਚ ਕਾਫੀ ਸੁਧਾਰ ਹੋ ਜਾਂਦਾ ਹੈ ਆਸਟਿਓਆਰਥਰਾਈਟਿਸ ਇੱਕ ਅਜਿਹੀ ਬਿਮਾਰੀ ਹੈ ਜਿਹੜੀ ਦੋਵੇਂ ਗੋਡਿਆਂ ਨੂੰ ਪ੍ਰਭਾਵਿਤ ਕਰਦੀ ਹੈ। ਸੋ ਜੇ ਤੁਸੀਂ ਸਿਹਤਯਾਬੀ ਦੀ ਪ੍ਰਕਿਰਿਆ ਵਿੱਚੋਂ ਦੋ ਵਾਰੀ ਨਹੀਂ ਲੰਘਣਾ ਚਾਹੁੰਦੇ ਤਾਂ ਦੋਵਾਂ ਗੋਡਿਆਂ ਨੂੰ ਇਕੱਠੇ ਬਦਲਵਾਉਣ ਬਾਰੇ ਵਿਚਾਰ ਕਰਨਾ ਵਾਜਬ ਹੈ। ਇੱਕ ਗੋਡੇ ਦੀ ਥਾਂ ਦੋਵੇਂ ਗੋਡੇ ਬਦਲਵਾਉਣ ਨਾਲ ਮੈਡੀਕਲ ਪੱਖੋਂ ਖਤਰਾ ਵੀ ਦੂਰਾ ਹੋ ਜਾਂਦਾ ਹੈ। ਕਈ ਮਰੀਜ਼ਾਂ ਦੇ ਦੋਵਾਂ ਗੋਡਿਆਂ ਵਿੱਚ ਜ਼ਿਆਦਾ ਨੁਕਸ ਹੋਂਦਾ ਹੈ। ਜੇ ਉਹਨਾਂ ਦਾ ਇੱਕੋ ਗੋਡਾ ਬਦਲਿਆ ਜਾਵੇ ਅਤੇ ਦੂਜੇ ਗੋਡੇ 'ਚ ਨੁਕਸ ਜਿਉਂਦਾ ਤ्यों ਰਹੇ ਤਾਂ ਉਹਨਾਂ ਦਾ ਮੋੜ ਵਿਸੇਬਾ ਔਖਾ ਹੋਵੇਗਾ। ਸਿਹਤਯਾਬੀ ਪੱਖੋਂ ਅਜਿਹੇ ਮਰੀਜ਼ਾਂ ਦੇ ਦ ਸਮੇ ਬਦਲਣਾ ਬੇਤਰ ਰੰਦਾ ਹੈ